ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਮਾਸਟਰ ਕੈਡਰ ਸਬਜੈਕਟ ਪੰਜਾਬੀ ਭਾਗ ਤੀਸਰਾ ਲੈ ਕੇ ਆਏ ਆ। MCQ ਪ੍ਰਸ਼ਨ ਉੱਤਰ ਨੇ ਮੋਸਟ ਇੰਪੋਰਟੈਂਟ ਕੁਐਸਚਨ ਅਨਸਰ ਨੇ ਇਹ ਸੋ ਇਹ ਤੁਹਾਨੂੰ ਜੋ ਪ੍ਰੋਵਾਈਡ ਕਰਨ ਜਾ ਰਹੇ ਆ। ਸੋ ਭਾਗ ਤੀਜਾ ਹੈ ਦੋ ਭਾਗ ਪਹਿਲਾਂ ਪ੍ਰੋਵਾਈਡ ਕੀਤੇ ਸੀ ਪਰ ਕਲਾਸਾਂ ਜਿਹੜੀਆਂ ਬੰਦ ਕੀਤੀਆਂ ਸੀ ਉਹ ਨੋਟੀਫਿਕੇਸ਼ਨ ਨਾ ਔਨ ਕਰਨ ਪਰ ਹੁਣ ਨੋਟੀਫਿਕੇਸ਼ਨ ਜਿਹੜਾ ਆਊਟ ਹੋ ਚੁੱਕਿਆ ਹੈ। ਸੋ ਸਾਰੀ ਡਿਟੇਲ ਤੁਹਾਨੂੰ ਵਕੈਂਸੀਆਂ ਜਿਹੜੀ ਦੇ ਦਿੱਤੀ ਹੈ ਸੋ ਬੀਤੀ ਰਾਤ ਜਿਹੜਾ ਲੈਕਚਰਰਾਂ ਦੀਆਂ ਪੋਸਟਾਂ ਵੀ ਆਊਟ ਹੋ ਚੁੱਕੀਆਂ ਨੇ ਸੋ ਮਾਸਟਰ ਕੁਕਟਰ ਪੰਜਾਬੀ ਅਤੇ ਲੈਕਚਰਰਾਂ ਲਈ ਤੁਸੀਂ ਇਹ ਪ੍ਰਸ਼ਨ ਹੈ ਜਿਹੜੇ ਰੀਡ ਕਰ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਹੀ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਮਿਲਦੀ ਰਹੇ ਇਸ ਤੋਂ ਇਲਾਵਾ ਪੀਡੀਐਫ ਨੋਟਿਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਸਾਈਟ ਤੇ ਅਵੇਲੇਬਲ ਨੇ ਸਾਈਟ ਦਾ ਲਿੰਕ ਹੈ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਆਪਣੇ ਸਬਜੈਕਟ ਦੇ ਹਿਸਾਬ ਨਾਲ ਯੂਸਫੁਲ ਨੋਟਿਸ ਨੇ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ MCQ ਪ੍ਰਸ਼ਨ ਉੱਤਰ ਤਾਂ 35ਵੇਂ ਪ੍ਰਸ਼ਨ ਨੰਬਰ ਤੋਂ ਪਾ ਛੱਡਿਆ ਸੀ ਪ੍ਰਸ਼ਨ ਨੰਬਰ 36 ਤੋਂ ਸਟਾਰਟ ਕਰਾਂਗੀ ਪੂਰਵ ਨਾਨਕ ਕਾਲ ਹੈ ਤਾਂ ਇਹਦਾ ਸਮਾਂ ਪੁੱਛਿਆ ਗਿਆ ਬਿਲਕੁਲ ਸ਼ਾਰਟ ਦੇ ਵਿੱਚ ਇਸੇ ਤਰ੍ਹਾਂ एग्जाम ਦੇ ਵਿੱਚ ਪੁੱਛਿਆ ਜਾਂਦਾ ਹੈ ਚਾਰ ਆਪਸ਼ਨ ਹਨ ਇਸੇ ਤਰ੍ਹਾਂ एग्जाम ਦੇ ਵਿੱਚ ਚੁਣਗੀਆਂ 1500 ਈਸਵੀ ਤੱਕ ਹੈ ਨਾਥਾਂ ਦੇ ਸਮੇਂ ਦਾ ਹੈ ਫਰੀਦ ਤੋਂ ਪਹਿਲਾਂ ਤੇ ਦੌਰਾਨ ਹੈਗਾ ਜਾਂ ਫਰੀਦ ਤੋਂ ਗੁਰੂ ਨਾਨਕ ਤੱਕ ਹੈ ਸੋ ਪੂਰਵ ਨਾਨਕ ਕਾਲ ਬਾਰੇ ਪੁੱਛਿਆ ਗਿਆ ਹੈ ਤਾਂ ਇਹਦਾ ਸਮਾਂ ਸੀਗਾ ਜਿਹੜਾ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ 1500 ਈਸਵੀ ਤੱਕ ਜਿਹੜਾ ਪੂਰਵ ਨਾਨਕ ਕਾਲ ਹੈ ਸੋ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ ਸੋ ਨਾਲ ਦੀ ਨਾਲ ਕਮੈਂਟ ਜਰੂਰ ਕਰੀ ਜਾਇਓ ਗਲਤ ਹੋ ਜਾਏਗਾ ਕੋਈ ਗੱਲ ਨਹੀਂ ਪਰ ਟਰਾਈ ਜਰੂਰ ਕਰਿਓ ਤਾਂ ਅਗਲਾ ਪ੍ਰਸ਼ਨ ਹੈ ਪੰਜਾਬੀ ਜੋ ਸਾਹਿਤ ਹੈ ਤਾਂ ਇਹਦੀ ਕਾਲ ਵੰਡ ਹੈ ਜਿਹੜੀ ਇੱਕ ਪ੍ਰਕਾਰ ਨਾਲ ਕੀਤੀ ਗਈ ਸੀ ਜਿਵੇਂ ਪਹਿਲਾਂ ਮੋਢਲਾ ਕਾਲ ਆ ਗਿਆ ਫਿਰ ਵਿਚਾਰਲਾ ਕਾਲ ਇੱਥੇ ਵਿਚਾਰਲਾ ਕਾਲ ਆਏਗਾ ਫਿਰ ਅੰਤਲਾ ਕਾਲ ਸੋ ਇਹ ਤਿੰਨ ਪ੍ਰਕਾਰ ਦੀ ਵੰਡ ਕੀਤੀ ਸੀ ਇਹ ਕਿਸ ਤੇ ਦੁਆਰਾ ਕੀਤੀ ਗਈ ਸੀ ਪੰਜਾਬੀ ਸਾਹਿਤ ਦੀ ਹੀਰਾ ਸਿੰਘ ਹਮਦਰਦ ਬਨਾਰਸੀ ਦਾਸ ਡਾਕਟਰ ਗੋਪਾਲ ਸਿੰਘ ਦਰਦੀ ਜਾਂ ਫਿਰ ਡਾਕਟਰ ਸੁਰਿੰਦਰ ਸਿੰਘ ਨਰੂਲਾ ਤਾਂ ਇਹ ਪੰਜਾਬੀ ਸਾਹਿਤ ਦੀ ਕਾਲ ਵੰਡ ਜਿਹੜੀ ਕੀਤੀ ਸੀ ਤਿੰਨ ਤਰ੍ਹਾਂ ਨਾਲ ਤਾਂ ਉਹ ਕੀਤੀ ਸੀ ਹੀਰਾ ਸਿੰਘ ਦਰਦ ਨੇ ਆਪਸ਼ਨ ਊੜਾ ਰਾਈਟ ਆਨਸਰ ਬਣੇਗਾ ਸੋ ਹੀਰਾ ਸਿੰਘ ਦਰਦ ਨੇ ਪੰਜਾਬੀ ਸਾਹਿਤ ਦੀ ਜਿਹੜੀ ਕਾਲ ਵੰਡ ਹੈ ਉਹ ਮੁੱਢਲਾ ਕਾਲ ਫਿਰ ਵਿਚਕਾਰਲਾ ਕਾਲ ਅਤੇ ਫਿਰ ਅੰਤਲਾ ਕਾਲ ਤਾਂ ਇਹ ਤਿੰਨ ਪ੍ਰਕਾਰ ਦੀ ਵੰਡ ਕਰਨ ਵਾਲੀ ਵਿਅਕਤੀ ਸੀਗੀ অপਸ਼ਨ ਊੜਾ ਸਾਡਾ ਰਾਈਟ ਆਂਸਰ ਬਣੇਗਾ ਅਗਲਾ ਪ੍ਰਸ਼ਨ ਹੈ ਨਾਨਕ ਕਾਲ ਦਾ ਸਮਾਂ ਕਿੰਨਾ ਹੈ 100 ਸਾਲ 200 ਸਾਲ 250 ਸਾਲ ਜਾਂ ਫਿਰ 400 ਸਾਲ ਤਾਂ ਨਾਨਕ ਕਾਲ ਦਾ ਸਮਾਂ ਜਿਹੜਾ ਉਹ 200 ਸਾਲ ਹੈ অপਸ਼ਨ ਆੜਾ ਸਾਡਾ ਰਾਈਟ ਆਂਸਰ ਬਣੇਗਾ ਅਗਲਾ ਪ੍ਰਸ਼ਨ ਹੈ ਗੁਰਮਤਿ ਕਾਲ ਵਿੱਚ ਕਿੰਨੀਆਂ ਕਾਵਿ ਧਰਾਵਾਂ ਨੇ ਜਿਹੜੀਆਂ ਚੱਲਦੀਆਂ ਨੇ 2 3 4 ਜਾਂ ਫਿਰ 5 ਤਾਂ ਗੁਰਮਤਿ ਕਾਲ ਦੇ ਵਿੱਚ ਜੋ ਕਾਵਿ ਧਰਾਵਾਂ ਨੇ ਉਹ 4 ਪ੍ਰਕਾਰ ਦੀਆਂ ਚੱਲਦੀਆਂ ਨੇ অপਸ਼ਨ E ਹੀ ਰਾਈਟ ਆਨਸਰ ਬਣੇਗਾ ਕਿਹੜੇ ਕਿਹੜੇ ਜਨਦੀਆਂ ਨੇ ਗੁਰਮਤਿ ਕਾਬ ਸੂਫੀ ਕਾਬ ਕਿੱਸਾ ਕਾਬ ਅਤੇ ਬੀਰ ਕਾਬ ਸੋ ਇਹ ਚਾਰ ਪ੍ਰਕਾਰ ਦੀਆਂ ਜੋ ਕਾਵਿ ਧਰਾਵਾਂ ਨੇ ਗੁਰਮਤਿ ਕਾਲ ਦੇ ਵਿੱਚ ਚੱਲਦੀਆਂ ਨੇ অপশন ইডি ਸਾਡਾ রাইট ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਕਿਸ ਲੇਖਕ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਜੁੜੀ ਪੁਸਤਕ ਹੈ ਜਿਹੜੀ ਨਹੀਂ ਲਿਖੀ। ਸੋ ਨਹੀਂ ਦੇ ਵਿੱਚ ਪੁੱਛਿਆ ਗਿਆ ਅਕਸਰ ਕਨਫਿਊਜ਼ ਕਰਨ ਵਾਲਾ ਕੁਐਸਚਨ ਹੁੰਦਾ ਹੈ। ਈਸ਼ਰ ਸਿੰਘ ਤਾਂਗ ਜਾਂ ਹੀਰਾ ਸਿੰਘ ਦਰਦ ਮਨਸਾ ਸਿੰਘ ਦੁਖੀ ਜਾਂ ਫਿਰ ਹਰਚਰਨ ਸਿੰਘ ਤਾਂ ਇਹ ਵਿਚਾਰ ਨਾਲ ਕੱਲ ਛੱਡ ਦਿਓ। ਇਹਦੀ ਵਿੱਚ ਐਡ ਨਹੀਂ ਹੈ। ਤੌ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਿਹਾਸਕੀ ਨਾਲ ਸੰਬੰਧਤ ਇਹਦੇ ਨਾਲ ਜੁੜੀ ਹੋਈ ਪੋਸਤਕ ਹੈ ਜਿਹੜੀ ਨਹੀਂ ਲਿਖੀ ਉਹ ਸੀਗੇ ਆਪਸ਼ਨ ਈਡੀ ਮਨਸਾ ਸਿੰਘ ਦੁਖੀ ਸੋ ਇਹ ਲੇਖਕ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਇਤਿਹਾਸਕੀ ਨਾਲ ਜੁੜੀ ਪੋਸਤਕ ਹੈ ਜਿਹੜੀ ਨਹੀਂ ਲਿਖੀ ਸੋ ਵੀਡੀਓ ਨੂੰ ਚਲਦੀ ਚਲਦੀ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਬਾਕੀ ਆਪਣੀ ਤਿਆਰੀ ਜਿਹੜੀ ਕੰਟੀਨਿਊ ਰੱਖਿਓ ਕਿਉਂਕਿ ਵੈਕੈਂਸੀਆਂ ਬਹੁਤ ਘੱਟ ਨੇ ਕੰਪੀਟੀਸ਼ਨ ਜਿਹੜਾ ਬਹੁਤ ਜ਼ਿਆਦਾ ਹੈ ਸੋ ਪੰਜਾਬੀ ਸਾਇਦ ਦੇ ਇਤਿਹਾਸ ਕਾਲ ਵੰਡ ਬਾਰੇ ਜਿਆਦਾ ਪਰਮਾਨਿਕ ਪੁਸਤਕ ਹੈ ਜਿਹੜੀ ਉਹ ਕਿਸ ਦੀ ਹੈ ਪਰਮਿੰਦਰ ਸਿੰਘ ਕਿਰਪਾਲ ਸਿੰਘ ਕੇਸਲ ਸੋਰੀ ਕਸੇਲ ਪਿਆਰਾ ਸਿੰਘ ਭੋਗਲ ਗੋਪਾਲ ਸਿੰਘ ਦਰਦੀ ਜਾਂ ਡਾਕਟਰ ਮੋਹਨ ਸਿੰਘ ਦਿਵਾਨਾ ਤਾਂ ਪੰਜਾਬੀ ਸਾਇਦ ਦੀ ਇਤਿਹਾਸਕ ਕਾਲ ਵੰਡੇ ਬਾਰੇ ਜੋ ਜਿਆਦਾ ਪਰਮਾਨਿਕ ਜਾਂ ਮੰਨੀ ਗਈ ਪੁਸਤਕ ਹੈ ਜਿਹੜੀ ਉਹ ਹੈ ਪਰਮਿੰਦਰ ਸਿੰਘ ਆਪਸ਼ਨ ਊੜਾ ਅਤੇ ਕਿਰਪਾਲ ਸਿੰਘ ਕਸੇਲ ਦੀ ਜੋ ਜਿਆਦਾ ਪ੍ਰਮਾਣਿਕ ਪੁਸਤਕ ਹੈ ਜਿਹੜੀ ਮੰਨੀ ਗਈ ਹੈ ਪੰਜਾਬੀ ਸਾਹਿਤਾ ਜੋ ਇਤਿਹਾਸਕ ਕਾਲ ਦੀ ਵੰਡ ਬਾਰੇ ਤਾਂ ਆਪਸ਼ਨ ਊੜਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ 1800 ਤੋਂ 1850 ਤੱਕ ਦਾ ਸਾਹਿਤ ਇਸ ਪ੍ਰਕਾਰ ਦੀ ਕਾਲਵੰਡ ਕਿਸ ਕਿਸਮ ਦੇ ਅੰਤਰਗਤ ਆਉਂਦੀ ਹੈ ਰਾਜਨੀਤਿਕ ਕਾਲਵੰਡ ਦੇ ਕੈਲੰਡਰ ਤਿਥਾਂ ਦੇ ਅਨੁਸਾਰ ਆਉਂਦੀ ਹੈ ਜਾ ਸਮਾਜਿਕ ਲਹਿਰਾਂ ਦੇ ਅਨੁਸਾਰ ਆਉਂਦੀ ਹੈ ਜਾਂ ਉਪਰੋਕਤ ਸਾਰੇ ਠੀਕ ਨੇ ਜਾਂ ਜਾਨੀ ਕਿ ਉਪਰੋਕਤ ਸਾਰੇ ਤਾਂ ਇਹਦਾ ਰਾਈਟ ਆਨਸਰ ਬਣੇਗਾ ਜਿਹੜਾ ਆਪਸ਼ਨ ਆੜਾ ਬਣੇਗਾ ਕੈਲੰਡਰ ਤਿਥਾਂ ਦੇ ਅਨੁਸਾਰ 1800 ਤੋਂ ਲੈ ਕੇ 1850 ਇਸ ਵੀ ਤੱਕ ਦਾ ਜੋ ਸਾਹਿਤ ਹੈ ਸੋ ਇਸ ਦੇ ਜੋ ਕਾਲ ਵੰਡ ਹੈ ਤਾਂ ਕੈਲੰਡਰ ਤਿਥਾਂ ਦੇ ਅਨੁਸਾਰ ਆਉਂਦੀ ਹੈ ਇਸ ਕਿਸਮ ਦੇ ਅੰਤਰਗਤ ਹੈ ਜਿਹੜੀ ਆਉਂਦੀ ਹੈ ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਹੈ ਜਿਹੜਾ ਬਣੇਗਾ ਅਗਲਾ ਪ੍ਰਸ਼ਨ ਹੈ ਸਾਹਿਤਿਕ ਸ਼ਖਸੀਅਤ ਦੇ ਆਧਾਰ ਤੇ ਕੀਤੀ ਕਾਲਵੰਡ ਦਾ ਨਮੂਨਾ ਕਿਹੜਾ ਹੈ ਜਾਂ ਕੀ ਨਮੂਨਾ ਹੈ ਪਿਛਲਾ ਮੁਗਲਈ ਕਾਲ ਗੁਰਮਤ ਕਾਲ ਗੁਰੂ ਨਾਨਕ ਕਾਲ ਜਾਂ ਫਿਰ ਸੂਫੀ ਕਾਲ ਤਾਂ ਸਾਹਿਤਿਕ ਸ਼ਖਸੀਅਤ ਦੇ ਆਧਾਰ ਤੇ ਕੀਤੀ ਕਾਲਵੰਡ ਦਾ ਜਿਹੜਾ ਨਮੂਨਾ ਹੈ ਉਹ ਗੁਰੂ ਨਾਨਕ ਕਾਲ ਹੈ অপਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਤਿੱਥਾਂ ਦੇ ਆਧਾਰ ਤੇ ਕਾਲ ਵੰਡ ਦਾ ਨਮੂਨਾ ਕਿਹੜਾ ਹੈ? ਸੁਰ ਰਾਜਨੀਤਿਕ ਤਿੱਥਾਂ ਦੇ ਆਧਾਰ ਤੇ ਪੁੱਛਿਆ ਗਿਆ ਹੈ ਪੂਰਵ ਨਾਨਕ ਕਾਲ ਆਧੁਨਿਕ ਕਾਲ 1947 ਤੋਂ ਪਹਿਲਾਂ ਦਾ ਸਾਹਿਤ ਜਾਂ ਫਿਰ ਅੰਗਰੇਜ਼ੀ ਕਾਲ ਤਾਂ ਰਾਜਨੀਤਿਕ ਨੀਤਿਕ ਤਿੱਥਾਂ ਦੇ ਆਧਾਰ ਤੇ ਕਾਲ ਵੰਡ ਦਾ ਜਿਹੜਾ ਨਮੂਨਾ ਹੈ ਉਹ ਅੰਗਰੇਜ਼ੀ ਕਾਲ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਰ ਸਾਹਿਤਿਕ ਸ਼ਖਸੀਅਤ ਦੇ ਆਧਾਰ ਤੇ ਪੁੱਛਿਆ ਜਾਂਦਾ ਜੇ ਮਿਸ ਤੋਂ ਪਹਿਲਾ ਵਾਲਾ ਕੁਐਸਚਨ ਸੀ ਤਾਂ ਉਹ ਆਏਗਾ ਗੁਰੂ ਨਾਨਕ ਕਾਲ ਅਗਰ ਰਾਜਨੀਤਿਕ ਤਿੱਥਾਂ ਦੇ ਆਧਾਰ ਤੇ ਕਾਲ ਮੰਡ ਪੁੱਛੀ ਜਾਂਦੀ ਹੈ ਤਾਂ ਉਹ ਆਏਗਾ ਜੀ ਅੰਗਰੇਜ਼ੀ ਕਾਲ ਆਪਸ਼ਨ ਸ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਵਿੱਚ ਮਹਾਰਾਜਾ ਰਣਜੀਤ ਕਾਲ ਮੰਨਿਆ ਜਾਂਦਾ ਹੈ ਕਿੰਨੇ ਤੋਂ ਕਿੰਨੇ ਤੱਕ ਜਿਹੜਾ ਇਹ ਕਾਲ ਹੈ ਉਹ ਮੰਨਿਆ ਜਾਂਦਾ ਹੈ 1800 ਤੋਂ 1900 1800 ਤੋਂ 1860 1739 ਤੋਂ 1839 ਜਾਂ 1800 ਤੋਂ 1875 ਤਾਂ ਇੱਥੇ 69 ਨਹੀਂ ਹੈ ਇੱਥੇ 75 ਆਏਗਾ ਤਾਂ ਇਹਦਾ ਇਹ ਰਾਈਟ ਆਨਸਰ ਬਣੇਗਾ ਆਪਸ਼ਨ ਆੜਾ ਬਣੇਗਾ 1800 ਤੋਂ ਲੈ ਕੇ 1860 ਪੰਜਾਬੀ ਸਾਇਤ ਵਿੱਚ ਮਹਾਰਾਜਾ ਰਣਜੀਤ ਕਾਲ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਮੋਗਲ ਰਾਜ ਦੀ ਅਦੋਗਤੀ ਦਾ ਸਮਾਂ ਕਿੰਨਾ ਸੀਗਾ ਜਾਂ ਕਿਹੜਾ ਸਮਾਂ ਹੈ 1700 ਤੋਂ 1820 1700 ਤੋਂ 1850 1750 ਤੋਂ 1820 ਜਾਂ ਫਿਰ 1708 ਤੋਂ 1805 ਇਸਵੀ ਤਾਂ ਮੋਗਲ ਰਾਜ ਦੀ ਅਦੋਗਤੀ ਦਾ ਜਿਹੜਾ ਸਮਾਂ ਉਹ ਆਪਸ਼ਨ ਸਸਾ ਬਣੇਗਾ 1708 ਤੋਂ ਲੈ ਕੇ 1805 ਇਸਵੀ ਤੱਕ ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ ਕਿਹੜਾ ਹੈ? ਪੂਰਵ ਨਾਨਕ ਕਾਲ, ਗੁਰੂ ਨਾਨਕ ਕਾਲ, ਗੁਰਮਤਕਾਬ ਜਾਂ ਫਿਰ ਸਿੱਖ ਰਾਜ ਕਾਲ? ਤਾਂ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਕਾਲ ਦਾ ਸੁਨਹਿਰੀ ਸਮਾਂ ਜਿਹੜਾ ਸ਼ੋਰਟ ਦੇ ਵਿੱਚ ਲਿਖਿਆ ਹੋਇਆ ਹੈ ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ ਤਾਂ ਗੁਰੂ ਨਾਨਕ ਕਾਲ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਪੰਜਾਬੀ ਸਾਹਿਤ ਵਿੱਚ ਆਧੁਨਿਕ ਕਾਲ ਦਾ ਆਗਾਜ਼ ਹੁੰਦਾ ਹੈ ਜਿਹੜੇ ਇਅਰ ਤੋਂ ਹੁੰਦਾ ਹੈ 1800 ਤੋਂ ਬਾਅਦ 1860 ਤੋਂ ਬਾਅਦ 1805 ਤੋਂ ਬਾਅਦ ਜਾਂ ਫਿਰ 1920 ਤੋਂ ਬਾਅਦ ਤਾਂ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕ ਕਾਲ ਦਾ ਆਗਾਜ਼ ਹੈ ਜਿਹੜਾ ਉਹ 1860 ਤੋਂ ਬਾਅਦ ਹੁੰਦਾ ਹੈ অপਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਸੂਫੀ ਕਾਬ ਬੀਰਕਾਬ ਆਦ ਵਰਗਵੰਡ ਕਿਸ ਪ੍ਰਕਾਰ ਦੀ ਸਾਹਿਤ ਇਤਿਹਾਸਕਾਰੀ ਦੀ ਬਣ ਗਈ ਹੈ ਸਾਹਿਤਿਕ ਪਰਵਿਰਤੀ ਦੇ ਆਧਾਰ ਵਾਲੀ ਹੈ ਜਾਂ ਸਾਹਿਤਿਕ ਧਾਰਾ ਦੇ ਆਧਾਰ ਵਾਲੀ ਹੈ ਜਾਂ ਸਾਹਿਤਿਕ ਰੂਪਾਂ ਤੇ ਆਧਾਰਿਤ ਹੈ ਜਾਂ ਇਤਿਹਾਸਕ ਘਰਾਣੇ ਦੇ ਆਧਾਰਿਤ ਹੈ ਤਾਂ ਇਹਦੇ ਰਾਈਟ ਆਨਸਰ ਜਿਹੜਾ ਬਣੇਗਾ ਉਹ ਆਪਸ਼ਨ ਆੜਾ ਬਣੇਗਾ ਸਾਹਿਤਿਕ ਧਾਰਾ ਦੇ ਆਧਾਰ ਵਾਲੀ ਯਾਨੀ ਕਿ ਸੂਫੀ ਕਾਬ ਬੀਰਕਾਬ ਆਦ ਜਿਹੜੀ ਵਰਗਵੰਡ ਹੈ ਤਾਂ ਇਹ ਸਾਹਿਤ ਘਟਾਰਾ ਦੇ ਆਧਾਰ ਵਾਲੀ ਸਾਹਿਤ ਇਤਿਹਾਸਕਾਰੀ ਦੀ ਬਣ ਗਈ ਹੈ অপশন ਆੜਾ ਸਾਡਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਆਮਲਾ ਉੱਪਰ ਹੁਣ ਨਵੇੜੇ ਕਿਸ ਕਿਆ ਸੂਫੀ ਕਿਆ ਪੰਗੀ ਇਹ ਸਤਰਾ ਕਿਸ ਕਾਲ ਦੀਆਂ ਨੇ ਆਮਲਾ ਉੱਪਰ ਹੁਣ ਨਵੇੜੇ ਕਿਆ ਸੂਫੀ ਕਿਆ ਪੰਗੀ ਪੂਰਵਗ ਨਾਨਕ ਕਾਲ ਦੀਆਂ ਨਾਨਕ ਕਾਲ ਦੀਆਂ ਉੱਤਰ ਨਾਨਕ ਕਾਲ ਦੀਆਂ ਜਾਂ ਫਿਰ ਆਧੁਨਿਕ ਕਾਲ ਦੀਆਂ ਤਾਂ ਇਹ ਕਾਪ 17 ਨੇ ਜਿਹੜੀਆਂ ਇਹ ਨਾਨਕ ਕਾਲ ਦੀਆਂ ਨੇ ਸੋ ਇਹਦਾ ਨਾ ਕੁਐਸਚਨ ਦਾ ਆਨਸਰ ਜਿਹੜਾ ਟਿਕ ਕਰਨਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਬਹੁਤ ਹੀ ਡੀਪਲੀ ਪੁੱਛਿਆ ਜਾਂਦਾ ਸੋ ਇਹ ਅਗਰ ਤੁਹਾਡੀ ਕਿਸਮਤ ਚੰਗੀ ਹੋ ਤੁਹਾਡੇ ਯਾਦ ਰਿਹਾ ਤਾਂ ਜਰੂਰ ਟਿਕ ਕਰੋਗੇ ਅਮਲਾਂ ਦੇ ਹੁਣ ਇਹਨੇ ਨਿਵੇੜੇ ਸ਼ਾਰਟ ਯਾਦ ਰੱਖ ਲਿਓ ਆਪਣੀ ਲੈਂਗੁਏਜ ਦੇ ਵਿੱਚ ਨਾਨਕ ਕਾਲ ਨਾਲ ਸਵੰਦ ਤੇ ਸਤਰਾ ਨੇ ਜਾਂ ਨਾਨਕ ਕਾਲ ਦੀਆਂ ਇਹ ਸਤਰਾ ਨੇ तो ऑप्शन आड़ा साइट आंसर बनेगा अगला प्रश्न है किस्साकार गुरु नानक कल का नहीं है दमोदर अहमद पीलू या फिर अहमद जाराइट आंसर आएगा अहमद जार जो ये किस्साकार होया जो गुरु नानक कल का नहीं है सो नहीं है पूछा गया अगला प्रश्न है ਕਿਸ ਅਕਾਲ ਨੂੰ ਵਾਰਤਿਕ ਪ੍ਰਧਾਨ ਕਾਲ ਕਹਿ ਸਕਦੇ ਆ ਆਧੁਨਿਕ ਕਾਲ ਨੂੰ ਗੁਰੂ ਨਾਨਕ ਕਾਲ ਨੂੰ ਪੂਰਵ ਨਾਨਕ ਕਾਲ ਨੂੰ ਜਾਂ ਮੁਗਲ ਕਾਲ ਦੇ ਅਦੋਗਤੀ ਦੇ ਸਮੇਂ ਨੂੰ ਤਾਂ ਇਹਦਾ ਰਾਈਟ ਆਨਸਰ ਬਣੇਗਾ ਆਧੁਨਿਕ ਕਾਲ ਆਧੁਨਿਕ ਕਾਲ ਨੂੰ ਹੈ ਜਿਹੜਾ ਵਾਰਤਿਕ ਪ੍ਰਧਾਨ ਕਾਲ ਹੈ ਜਿਹੜਾ ਉਹ ਕਹਿ ਸਕਦੇ ਸੋ ਰਾਈਟ ਆਨਸਰ ਬਣੇਗਾ ਉੜਾ ਆਧੁਨਿਕ ਕਾਲ ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ most important mcq ਪ੍ਰਸ਼ਨ ਉੱਤਰ ਸੀ ਕੰਟੀਨਿਊ ਹੁਣ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਰਹਾਂਗੇ ਕਿਉਂਕਿ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਹੁਣ ਕੋਈ ਹੋਰ ਉਮੀਦ ਆਪਾਂ ਨਹੀਂ ਰੱਖ ਸਕਦੇ ਇਲੈਕਸ਼ਨ ਕੋਡ ਲੱਗ ਚੁੱਕਿਆ ਹੈ ਜੋ ਪੋਸਟਾਂ ਆਉਣੀਆਂ ਸੀ ਆ ਚੁੱਕੀਆਂ ਨੇ ਸੋ ਤੁਹਾਡੀ ਮਿਹਨਤ ਤੁਹਾਡੀ ਕਾਮਯਾਬੀ ਹੋਏਗੀ ਜੌਬ ਉਸੇ ਨੂੰ ਮਿਲੇਗੀ ਜੋ ਦਿਨ ਰਾਤ ਮਿਹਨਤ ਕਰੇਗਾ ਸੋ ਇਹ ਗੱਲ ਹੈ ਜਿਹੜੀ ਹੁਣ ਆਪਣੇ ਲੜ ਨਾਲ ਬੰਨ ਲਿਓ ਕਿਉਂਕਿ ਲਾਸਟ ਮੌਕ ਹੈ ਪੋਸਟਾ ਘਟਨੇ ਨਹੀਂ ਵੇ ਸਕ ਪਰ ਟਰਾਈ ਜ਼ਰੂਰ ਕਰਿਓ ਤੁਹਾਡੀ ਮਿਹਨਤ ਨੇ ਤੁਹਾਨੂੰ ਰੋਜ਼ਗਾਰ ਦਿਵਾਉਣਾ ਜੋਬ ਦਿਵਾਉਣੀ ਹੈ ਬਾਕੀ ਦੀਆਂ ਗੱਲਾਂ ਛੱਡ ਦਿਓ ਪੋਸਟਾਂ ਘਟ ਆਈਆਂ ਨੇ ਧਰਨੇ ਲਗਾਏ ਸੀ ਜਾਂ ਐ ਹੋ ਜੂ ਜਾਂ ਐਦਾਂ ਹੋ ਜੂ ਸੋ ਜਿੰਨੀਆਂ ਆ ਗਈਆਂ ਆਪਣੀ ਤਿਆਰੀ ਹੈ ਜਿਹੜੀ ਸਟਾਰਟ ਕਰ ਦਿਓ ਬਾਕੀ ਅੱਗੇ ਜੋ ਹੋਏਗਾ ਦੇਖਿਆ ਜਾਏਗਾ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਜੋ ਵੀ ਤੁਹਾਡਾ ਸਵਾਲ ਜਵਾਬ ਹੁੰਦਾ ਹੈ ਤੁਹਾਡਾ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ एग्जाम ਸਟੱਡੀ ਵਿਦ ਜੌਬ ਅਲਰਟ ਇੰਸਟਾਗ੍ਰam ਪੇਜ ਦਾ ਨਾਮ ਹੈ ਬਾਕੀ ਟੈਲੀਗ੍ਰam ਗਰੁੱਪ ਅਤੇ ਪੇਜ ਦਾ ਲਿੰਕ ਦਾ ਜਿਹੜਾ ਉਹ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਸਾਈਟ ਦਾ ਲਿੰਕ ਵੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਜਿੱਥੇ ਤੁਸੀਂ ਪੀਡੀਐਫ ਅਤੇ ਨੋਟਸ ਜਿਹੜੇ ਉਹ ਡਾਊਨਲੋਡ ਕਰ ਸਕਦੇ ਹੋ ਸੋ ਮਿਲਦੇ ਹਾਂ ਜੀ ਅਗਲੇ ਭਾਗ ਵਿੱਚ ਅਗਲੇ ਨਵੇਂ ਐਮਸੀਕਿਊ ਪ੍ਰਸ਼ਨ ਉੱਤਰਾਂ ਨਾਲ ਉਹ ਤੱਕ ਲਈ ਧੰਨਵਾਦ